YouTube चैनल मैं रविंदर संधू सीबीआई मेडिकल सेंटर विच आप सब का स्वागत करती हूं। दो हजार भी कोरोना महामारी के रूप में साढ़े सब के सामने आया ते अज असी डॉक्टर सुखविंदर सिंह सीबिया नाल गल करांगे ए दसनगे कोरोना बारे। सब तो पहला डॉक्टर सुखविंदर सिंह जी नूं अज पुछदे हां कि कोरोना एक आम फ्लू है। आपां कोरोना काल दे विच गुजर रहे हां। कोरोना काल जिहड़ा हैगा ਇਹ ਇਸ ਸਦੀ ਦਾ ਸਭ ਤੋਂ ਭਿਅੰਕਰ ਸਭ ਤੋਂ ਖਤਰਨਾਕ ਵਾਕਿਆ ਹੋਇਆ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ। ਜਿਹੜਾ ਕਰੋਨਾ ਹੈਗਾ ਇਹਨੇ ਕਰੋੜਾਂ ਨੂੰ ਇਫੈਕਟ ਕੀਤਾ ਹੈਗਾ, ਬੰਦਿਆਂ ਨੂੰ ਇਫੈਕਟ ਕੀਤਾ ਹੈਗਾ, ਮੌਤਾਂ ਕੀਤੀਆਂ ਹੈਗੀਆਂ, ਇਕਨੋਮੀ ਡੋਬੀ ਹੈਗੀ, ਜੋਬਸ ਗਈਆਂ ਹੈਗੀਆਂ। ਤੇ ਜਿਹੜਾ ਇਹ ਕਰੋਨਾ ਹੈਗਾ ਇਹਦੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਲੋਕੀ ਸੋਚਦੇ ਹੈਗੇ ਕੁਛ ਸਹੀ ਕੁਛ ਗਲਤ। ਤੇ ਆਪਾਂ ਅੱਜ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਆਪਾਂ ਉਹਨੂੰ ਅਲੱਗ ਅਲੱਗ ਕਰਕੇ ਦੇਖੀਏ। ਕਰੋਨਾ ਇੱਕ ਫਲੂ ਜ਼ਰੂਰ ਹੈਗਾ ਲੇਕਿਨ ਇਹਨੂੰ ਆਮ ਫਲੂ ਨਹੀਂ ਕਿਹਾ ਜਾ ਸਕਦਾ। ਜਿਹੜਾ ਇਹ ਵਾਇਰਸ ਹੈਗਾ ਉਸੇ ਪਰਿਵਾਰ ਦਾ ਹੈਗਾ ਜਿੱਥੇ ਕਿ ਫਲੂ ਆ, ਲੇਕਿਨ ਇਹ ਇੱਕ ਬਹੁਤ ਖਤਰਨਾਕ ਕਿਸਮ ਦਾ ਵਾਇਰਸ ਹੈਗਾ ਜਿਹਦੇ ਵਿਚ ਕਿ ਫਲੂ ਨਾਲੋਂ ਜ਼ਿਆਦਾ ਸਪਰੈਡ ਹੁੰਦਾ ਹੈਗਾ, ਜ਼ਿਆਦਾ ਮੌਤਾਂ ਹੁੰਦੀਆਂ ਹੈਗੀਆਂ ਤੇ ਜ਼ਿਆਦਾ ਖਤਰਨਾਕ ਇਹ ਹੈਗਾ। ਇਸ ਕਰਕੇ ਆਪਾਂ ਇਹਨੂੰ ਇੱਕ ਸਾਧਾਰਨ ਫਲੂ ਨਹੀਂ ਮੰਨ ਸਕਦੇ, ਇਹ ਫਲੂ ਨਾਲੋਂ ਬਹੁਤ ਜ਼ਿਆਦਾ ਖਤਰਨਾਕ ਹੈਗਾ। ਇਹ ਬਹੁਤ ਜ਼ਿਆਦਾ ਖਤਰਨਾਕ ਹੈਗਾ, ਬਹੁਤ ਜ਼ਿਆਦਾ ਸਪਰੈਡ ਹੁੰਦਾ ਹੈਗਾ, ਇੱਕ ਤੋਂ ਦੂਜੇ ਚ ਬਹੁਤ ਜਲਦੀ ਫੈਲਦਾ ਹੈਗਾ। ਜੇ ਸੌ ਬੰਦਿਆਂ ਨੂੰ ਹੁੰਦਾ ਹੈਗਾ ਉਸ ਚੋਂ ਕੋਈ 20 ਨੂੰ ਇਹ ਜ਼ਿਆਦਾ ਇਫੈਕਟ ਕਰਦਾ ਹੈਗਾ ਤੇ ਹਸਪਤਾਲ ਦੀ ਭਰਤੀ ਹੋਣ ਦੀ ਲੋੜ ਪੈਂਦੀ ਹੈ। ਤੇ 100 ਚੋਂ 2 ਹੈਗੇ ਜਿਨ੍ਹਾਂ ਦੀ ਕਿ ਮੌਤ ਤੱਕ ਹੋ ਜਾਂਦੀ ਹੈਗੀ। ਇਸ ਕਰਕੇ ਇਸ ਤੋਂ ਬਚਣਾ, ਇਸ ਦਾ ਬਚਾਓ ਕਰਨਾ ਬਹੁਤ ਜ਼ਰੂਰੀ ਹੈ ਆਪਣੇ ਦੇ ਲਈ। ਕੀ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਕੋਰੋਨਾ ਤੋਂ ਕੋਈ ਖਤਰਾ ਨਹੀਂ? ਕੋਰੋਨਾ ਕਿਸੇ ਵੀ ਉਮਰ ਚ ਹੋ ਸਕਦਾ ਹੈ, ਕਿਸੇ ਨੂੰ ਵੀ ਹੋ ਸਕਦਾ ਹੈਗਾ। ਇਸ ਕਰਕੇ ਆਪਾਂ ਇਹ ਨਾ ਸੋਚੀਏ ਕਿ ਅਸੀਂ ਯੰਗ ਆ, ਸਾਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ, ਅਸੀਂ ਬੜੇ ਸਿਹਤਮੰਦ ਆ ਤੇ ਸਾਨੂੰ ਕੋਰੋਨਾ ਨਹੀਂ ਹੋ ਸਕਦਾ। ਕੋਰੋਨਾ ਕਿਸੇ ਨੂੰ ਵੀ ਹੋ ਸਕਦਾ ਹੈਗਾ ਤੇ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ ਤੇ ਆਪਣਾ ਬਚਾਓ ਰੱਖਣਾ ਚਾਹੀਦਾ ਹੈਗਾ। ਬਹੁਤ ਸਾਰੇ ਯੰਗ ਡਾਕਟਰਸ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਨੇ ਤੇ ਅਸੀਂ ਕਈ 100 ਯੰਗ ਡਾਕਟਰਸ ਨੂੰ ਆਪਾਂ ਕੋਰੋਨਾ ਦੀ ਮਾਰ ਵਿਚ ਖੋ ਚੁੱਕੇ ਹਾਂ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਧਿਆਨ ਰੱਖੀਏ ਤੇ ਇਹ ਨਾ ਸੋਚੀਏ ਕਿ ਅਸੀਂ ਯੰਗ ਆ, ਸਾਡੀ ਉਮਰ ਘੱਟ ਆ ਜਾਂ ਅਸੀਂ ਬਹੁਤ ਸਿਹਤਮੰਦ ਆ ਤੇ ਸਾਡਾ ਸਿਰਫ ਐਸੇ ਕਰਕੇ ਬਚਾਅ ਹੋਜੂ। ਸਾਨੂੰ ਸਾਰੇ ਪਰਹੇਜ਼ ਰੱਖਣੇ ਚਾਹੀਦੇ ਆ ਤਾਂ ਹੀ ਆਪਾਂ ਕੋਰੋਨਾ ਤੋਂ ਬਚ ਸਕਾਂਗੇ। ਤੀਜਾ ਸਵਾਲ ਇਹ ਹੈ ਕਿ ਮੈਨੂੰ ਖਾਂਸੀ, ਬੁਖਾਰ, ਜੁਖਾਮ ਤਾਂ ਕੁਛ ਨਹੀਂ ਹੈਗਾ, ਕਿ ਮੈਨੂੰ ਕੋਰੋਨਾ ਹੋ ਸਕਦਾ? ਇਹ ਬਹੁਤ ਗਲਤ ਧਾਰਨਾ ਹੈਗੀ ਕਿ ਜੇ ਸਾਨੂੰ ਕੋਈ ਸਿਮਟਮ ਨਹੀਂ ਹੈਗੇ, ਜੇ ਸਾਨੂੰ ਕੋਈ ਬੁਖਾਰ ਨਹੀਂ, ਸਰੀਰ ਦਰਦ ਨਹੀਂ ਜਾਂ ਕੋਈ ਹੋਰ ਪ੍ਰੋਬਲਮ ਨਹੀਂ ਹੈਗੀ, ਸਾਹ ਨਹੀਂ ਚੜ ਰਿਹਾ ਤਾਂ ਸਾਨੂੰ ਕੋਰੋਨਾ ਨਹੀਂ ਹੈਗਾ। ਇਹ ਦੇਖਿਆ ਗਿਆ ਹੈਗਾ ਕਿ 100 ਚੋਂ 80-85 ਲੋਕ ਜਿਹੜੇ ਕੋਰੋਨਾ ਪਾਜ਼ਿਟਿਵ ਹੈਗੇ ਤੇ ਉਹਨਾਂ ਨੂੰ ਕੋਈ ਸਿਮਟਮ ਨਹੀਂ ਹੁੰਦੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਨੂੰ ਕੋਈ ਬਿਮਾਰੀ ਆ। ਲੇਕਿਨ ਇਹ ਉਹ ਲੋਕ ਹੈਗੇ ਜਿਨ੍ਹਾਂ ਨੂੰ ਕੋਰੋਨਾ ਹੋਇਆ ਹੈਗਾ, ਕੋਰੋਨਾ ਪਾਜ਼ਿਟਿਵ ਆ, ਜਿਨ੍ਹਾਂ ਨੂੰ ਅਸੀਂ ਕੋਰੋਨਾ ਕੈਰੀਅਰ ਕਹਿੰਦੇ ਹਾਂ, ਜਿਹੜੇ ਕਿ ਕੋਰੋਨਾ ਜਿੰਨਾ ਚ ਹੈਗਾ ਉਹ ਮਹਿਸੂਸ ਨਹੀਂ ਕਰ ਰਹੇ ਲੇਕਿਨ ਉਹ ਕੋਰੋਨਾ ਫੈਲਾਉਣ ਦੇ ਵਿਚ ਬਹੁਤ ਜ਼ਿਆਦਾ ਭਾਗ ਲੈ ਰਹੇ ਹੈਗੇ। ਇਸ ਕਰਕੇ ਨਹੀਂ ਫੀਲ ਹੋਣਾ ਇਹਦਾ ਇਹ ਨਹੀਂ ਮਤਲਬ ਕਿ ਸਾਨੂੰ ਕੋਰੋਨਾ ਨਹੀਂ ਹੈਗਾ ਤੇ ਨਾ ਸਾਨੂੰ ਇਹ ਸੋਚਣਾ ਚਾਹੀਦਾ ਹੈਗਾ ਕਿ ਜੇ ਸਾਡਾ ਕੋਰੋਨਾ ਟੈਸਟ ਪਾਜ਼ਿਟਿਵ ਹੋ ਗਿਆ ਤਾਂ ਅਸੀਂ ਨਹੀਂ ਫੀਲ ਕਰ ਰਹੇ ਸੀ ਕੋਰੋਨਾ ਟੈਸਟ ਗਲਤ ਹੋਣਾ। ਨਹੀਂ, ਕੋਰੋਨਾ ਬਿਨਾਂ ਕੋਈ ਫੀਲਿੰਗ ਦੇ ਵੀ ਪਾਜ਼ਿਟਿਵ ਹੋ ਸਕਦਾ ਹੈਗਾ। ਚੌਥਾ ਸਵਾਲ ਇਹ ਹੈ ਕਿ ਮੈਂ ਤਾਂ ਬਿਮਾਰ ਕੋਰੋਨਾ ਨੂੰ ਮਿਲਿਆ ਹੀ ਨਹੀਂ ਤੇ ਮੈਨੂੰ ਕੋਰੋਨਾ ਕਿੱਥੇ ਹੋ ਜੂ? ਕਈ ਵਾਰ ਆਪਾਂ ਇਹ ਸੋਚਦੇ ਹਾਂ ਕਿ ਅਸੀਂ ਤਾਂ ਕਿਸੇ ਕੋਰੋਨਾ ਦੇ ਮਰੀਜ਼ ਨੂੰ ਮਿਲੇ ਨਹੀਂ ਹੈਗੇ ਤੇ ਸਾਨੂੰ ਕੋਰੋਨਾ ਕਿਵੇਂ ਹੋ ਸਕਦਾ? ਇਹ ਧਾਰਨਾ ਵੀ ਬਹੁਤ ਗਲਤ ਹੈਗੀ।
ਹੋ ਸਕਦਾ ਕਿ ਜਿਨ੍ਹਾਂ ਨੂੰ ਅਸੀਂ ਮਿਲੇ ਆ ਉਹ ਕਰੋਨਾ ਪਾਜ਼ਿਟਿਵ ਹੋਣ ਲੱਗੇ ਕਰੋਨਾ ਲੱਛਣ ਨਹੀਂ ਦਿਖਾ ਰਹੇ ਤੇ ਉਹ ਕਰੋਨਾ ਕੈਰੀਅਰ ਹੈਗੇ ਇਸ ਕਰਕੇ ਇਹ ਹੋ ਸਕਦਾ ਹੈਗਾ ਕਿ ਅਸੀਂ ਕਿਸੇ ਇਹੋ ਜਿਹੇ ਬੰਦੇ ਦੇ ਕੰਟੈਕਟ ਚ ਆਏ ਹੋਈਏ ਜਿਹੜਾ ਕਿ ਕਰੋਨਾ ਪਾਜ਼ਿਟਿਵ ਹੈਗਾ ਜਿਹੜਾ ਕਿ ਕਰੋਨਾ ਦਾ ਸ਼ਿਕਾਰ ਹੈਗਾ ਲੇਕਿਨ ਉਹਨੂੰ ਪਤਾ ਨਹੀਂ ਹੈਗਾ ਤੇ ਨਾ ਉਹਨੇ ਅਜੇ ਟੈਸਟ ਕਰਾਏ ਹੈਗੇ ਇਸ ਕਰਕੇ ਇਹ ਹੋ ਸਕਦਾ ਕਿ ਆਪਾਂ ਕਿਸੇ ਇਹੋ ਜਿਹੇ ਵਿਅਕਤੀ ਤੋਂ ਆਪਾਂ ਨੂੰ ਕਰੋਨਾ ਹੋਇਆ ਹੋਵੇ ਜਿਹੜਾ ਕਿ ਕਰੋਨਾ ਜਿਹਦੇ ਸਰੀਰ ਚ ਹੈਗਾ ਲੇਕਿਨ ਉਹਨੂੰ ਲੱਛਣ ਨਹੀਂ ਇਹ ਵੀ ਹੋ ਸਕਦਾ ਹੈਗਾ ਕਿ ਅਸੀਂ ਕੋਈ ਇਹੀ ਜਿਹੀ ਚੀਜ਼ ਨੂੰ ਟੱਚ ਕੀਤਾ ਹੋਵੇ ਜਿੱਥੇ ਕਿ ਕਰੋਨਾ ਪਾਜ਼ਿਟਿਵ ਪੇਸ਼ੈਂਟ ਨੇ ਪਹਿਲੇ ਟੱਚ ਕੀਤਾ ਹੋਵੇ ਜਾਂ ਹਵਾ ਦੇ ਵਿੱਚ ਕਰੋਨਾ ਹੋਵੇ ਤੇ ਅਸੀਂ ਉਹ ਐਟਮੋਸਫੀਅਰ ਦੇ ਵਿੱਚ ਸਾਹ ਲਿਆ ਹੋਵੇ ਜਿੱਥੇ ਕਿ ਕਰੋਨਾ ਵਾਇਰਸ ਹੋਵੇ ਜਿਹਦੇ ਨਾਲ ਸਾਨੂੰ ਕਰੋਨਾ ਹੋ ਸਕਦਾ ਹੈਗਾ ਜ਼ਿਆਦੇ ਰੋਲ ਹੈਗਾ ਕਿ ਜਿਹਨੂੰ ਕਰੋਨਾ ਹੈਗਾ ਕਿ ਉਥੋਂ ਸਪਰੈਡ ਨਾ ਹੋਵੇ ਇਸ ਕਰਕੇ ਸਿਰਫ ਮਾਸਕ ਪਾ ਕੇ ਆਪਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਅਸੀਂ 100% ਸੇਫ ਹੋ ਗਏ ਆਪਾਂ ਨੂੰ ਬਾਕੀ ਜਿਹੜੇ ਹੈਗੇ ਬਚਾਓ ਜਿਵੇਂ ਕਿ ਬਾਰ ਬਾਰ ਹੱਥ ਧੋਣੇ ਸੈਨੇਟਾਈਜ਼ਰ ਯੂਜ਼ ਕਰਨਾ ਸੋਸ਼ਲ ਡਿਸਟੈਂਸਿੰਗ ਰੱਖਣਾ ਕਰਾਊਡਿਡ ਪਲੇਸ ਵਿਚ ਨਾ ਜਾਣਾ ਇਹ ਸਭ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ ਤਾਂ ਹੀ ਆਪਾਂ ਕੁਛ ਹੱਦ ਤੱਕ ਇਸ ਤੋਂ ਬਚ ਸਕਦੇ ਹਾਂ ਛੇਵਾਂ ਸਵਾਲ ਇਹ ਹੈ ਕਿ ਗਰਮੀਆਂ ਆਉਣਗੀਆਂ ਤੇ ਕਰੋਨਾ ਨੇ ਤਾਂ ਮਰ ਮੁਰ ਜਾਣਾ ਹੈ ਇਹ ਸੋਚਿਆ ਜਾਂਦਾ ਸੀਗਾ ਕਿ ਜਿਹੜੇ ਵਾਇਰਸ ਹੈਗੇ ਉਹ ਮੌਸਮ ਬਦਲਣ ਦੇ ਨਾਲ ਉਹ ਮਰ ਜਾਣਗੇ ਤੇ ਕਰੋਨਾ ਖਤਮ ਹੋ ਜੂ ਲੇਕਿਨ ਕਰੋਨਾ ਜਾਂ COVID-19 ਨੇ ਦਿਖਾਤਾ ਕਿ ਇਹ ਚੀਜ਼ ਹਮੇਸ਼ਾ ਸੱਚ ਨਹੀਂ ਹੁੰਦੀ ਪਿਛਲੇ ਸਾਲ ਵੀ ਗਰਮੀਆਂ ਵੀ ਆਈਆਂ ਸਰਦੀਆਂ ਵੀ ਆਈਆਂ ਲੇਕਿਨ ਸਾਨੂੰ ਕਰੋਨਾ ਤੋਂ ਛੁਟਕਾਰਾ ਨਹੀਂ ਮਿਲਿਆ ਇਸ ਕਰਕੇ ਆਪਾਂ ਇਹ ਨਾ ਸੋਚੀਏ ਕਿ ਹੁਣ ਮੌਸਮ ਬਦਲ ਰਿਹਾ ਗਰਮੀ ਆ ਰਹੀ ਹੈ ਤੇ ਕਰੋਨਾ ਖਤਮ ਹੋ ਜੂ ਆਪਾਂ ਹੁਣ ਕਰੋਨਾ ਦੇ ਅਗਲੇ ਫੇਜ਼ ਵਿਚ ਆ ਚੁੱਕੇ ਹਾਂ ਤੇ ਜਿਹੜਾ ਸੈਕੰਡ ਫੇਜ਼ ਹੈਗਾ ਇਹ ਜੋ ਪਹਿਲੇ ਸਪੈਨਿਸ਼ ਫਲੂ ਹੋਇਆ ਸੀਗਾ ਉਹਦੇ ਐਕਸਪੀਰੀਅੰਸ ਤੋਂ ਪਤਾ ਲੱਗਦਾ ਹੈਗਾ ਕਿ ਇਹ ਜਿਹੜਾ ਸੈਕੰਡ ਫੇਜ਼ ਹੈਗਾ ਇਹ ਪਹਿਲੇ ਫੇਜ਼ ਨਾਲੋਂ ਵੀ ਜ਼ਿਆਦਾ ਖਤਰਨਾਕ ਹੋ ਸਕਦਾ ਹੈਗਾ ਇਸ ਕਰਕੇ ਆਪਾਂ ਨੂੰ ਪੂਰਾ ਧਿਆਨ ਰੱਖਣ ਦੀ ਲੋੜ ਹੈਗੀ ਤੇ ਸਿਰਫ ਇਹ ਸੋਚ ਕੇ ਨਹੀਂ ਆਪਾਂ ਨੂੰ ਢਿੱਲ ਵਰਤਣੀ ਚਾਹੀਦੀ ਕਿ ਹੁਣ ਗਰਮੀ ਆਉਣ ਲੱਗੀ ਹੈਗੀ ਸਮਰ ਆ ਗਿਆ ਹੈਗਾ ਤੇ ਹੁਣ ਸਾਨੂੰ ਕੁਛ ਬਚਾ ਰੱਖਣ ਦੀ ਲੋੜ ਨਹੀਂ ਹੈਗੀ ਇਹਦਾ ਖਤਮ ਹੋ ਗਿਆ ਨਹੀਂ ਇਹ ਏਦਾਂ ਖਤਮ ਨਹੀਂ ਹੋਊਗਾ ਇਹ ਤਾਂ ਹੀ ਖਤਮ ਹੋਊਗਾ ਜਦੋਂ ਅਸੀਂ ਸਾਰੇ ਪਰਹੇਜ਼ ਰੱਖਾਂਗੇ ਤੇ ਵੈਕਸੀਨੇਸ਼ਨ ਤੇ ਵੀ ਜ਼ੋਰ ਦਿੱਤਾ ਜਾਊਗਾ ਅਸੀਂ ਮਾਸਕ ਪਾਉਂਦੇ ਹਾਂ ਹੱਥ ਧੋਨੇ ਹਾਂ ਤੇ ਹੋਰ ਜਿਹੜਾ ਸੋਸ਼ਲ ਡਿਸਟੈਂਸ ਹੈ ਉਹ ਰੱਖਦੇ ਹਾਂ ਤੇ ਹੁਣ ਅਸੀਂ ਸੋਚਦੇ ਹਾਂ ਵੀ ਸਾਨੂੰ ਤਾਂ ਕਰੋਨਾ ਹੋ ਨਹੀਂ ਸਕਦਾ ਤੇ ਸਾਡੇ ਮਨ ਚ ਇਹ ਵੀ ਸਵਾਲ ਹੈ ਕਿ ਸਾਨੂੰ ਵੈਕਸੀਨ ਲਵਾਉਣੀ ਚਾਹੀਦੀ ਹੈ ਜਾਂ ਨਹੀਂ ਲਵਾਉਣੀ ਚਾਹੀਦੀ ਅੱਜ ਉਹ ਡਾਕਟਰ ਸੁਖਵਿੰਦਰ ਸਿੰਘ ਸੀਵੀਆ ਜੀ ਨੂੰ ਪੁੱਛਦੇ ਹਾਂ ਕਈ ਸੋਚਦੇ ਆ ਕਿ ਵੈਕਸੀਨੇਸ਼ਨ ਦੀ ਕੀ ਲੋੜ ਆ ਕਈ ਕਹਿੰਦੇ ਕਿ ਵੈਕਸੀਨੇਸ਼ਨ ਬਾਅਦ ਵੀ ਫਲਾਣੇ ਨੂੰ ਤਾਂ ਕਰੋਨਾ ਹੋ ਗਿਆ ਸੀਗਾ ਨਹੀਂ ਕਰੋਨਾ ਦਾ ਬਚਾਓ ਵੈਕਸੀਨੇਸ਼ਨ ਵਿਚ ਹੋਈ ਹੈਗਾ ਤੇ ਵੈਕਸੀਨੇਸ਼ਨ ਬਹੁਤ ਜ਼ਰੂਰੀ ਆ ਹਾਂ 100% ਤਾਂ ਪ੍ਰੋਟੈਕਸ਼ਨ ਕਿਸੇ ਨਾ ਚੀਜ਼ ਨਾਲ ਬਣੀ ਹੁੰਦੀ ਲੇਕਿਨ ਇਹ ਦੇਖਿਆ ਗਿਆ ਹੈਗਾ ਕਿ ਅਲੱਗ ਅਲੱਗ ਵੈਕਸੀਨੇਸ਼ਨ ਜਿਹੜੇ ਹੈਗੇ 70-90% ਤੱਕ ਉਹ ਬਚਾਓ ਕਰ ਸਕਦੇ ਹੈਗੇ ਇਸ ਕਰਕੇ ਜਿਹੜਾ ਵੈਕਸੀਨੇਸ਼ਨ ਹੈਗਾ ਉਹ ਲਗਵਾਉਣਾ ਬਹੁਤ ਜ਼ਰੂਰੀ ਹੈਗਾ ਇਹ ਨਾ ਸੋਚੋ ਕਿ ਇਹ 100% ਜੇ ਨਹੀਂ ਆਪਾਂ ਨੂੰ ਬਚਾ ਰਿਹਾ ਤਾਂ ਅਸੀਂ ਨਾ ਲਗਵਾਈਏ ਜੇ ਆਪਾਂ ਇਹ ਦੇਖੀਏ ਕਿ ਖਤਰਾ ਕਿਹਦੇ ਜ਼ਿਆਦਾ ਆ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਾਂ ਨੂੰ ਕਰੋਨਾ ਦਾ ਵੈਕਸੀਨੇਸ਼ਨ ਜ਼ਰੂਰ ਲਗਵਾਉਣਾ ਚਾਹੀਦਾ ਹੈਗਾ ਸਿਰਫ ਜਦੋਂ ਮੈਕਸੀਮਮ ਲੋਕਾਂ ਨੂੰ ਕਰੋਨਾ ਦਾ ਵੈਕਸੀਨ ਲੱਗ ਜਾਊਗਾ ਉਹਦੇ ਬਾਅਦ ਹੋਈ ਆਪਾਂ ਨੂੰ ਇਸ ਮਹਾਮਾਰੀ ਤੋਂ ਬਚਾਓ ਮਿਲੂਗਾ ਇਸ ਕਰਕੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਹੈਗਾ ਕਿ ਵੈਕਸੀਨੇਸ਼ਨ ਜ਼ਰੂਰ ਲਗਵਾਓ ਇਹਦੇ ਚ ਕੋਈ ਢਿੱਲ ਨਾ ਵਰਤੋ ਆਪ ਵੀ ਵੈਕਸੀਨੇਸ਼ਨ ਲਗਵਾਓ ਆਪਣੇ ਜਾਨ ਪਛਾਣ ਵਾਲੇ ਲੋਕਾਂ ਨੂੰ ਵੀ ਕਹੋ ਕਿ ਉਹ ਵੈਕਸੀਨੇਸ਼ਨ ਲਗਵਾਉਣ ਸਿਰਫ ਤਾਂ ਹੀ ਆਪਾਂ ਇਸ ਤੋਂ ਛੁਟਕਾਰਾ ਪਾਵਾਂਗੇ ਡਾਕਟਰ ਸਾਹਿਬ ਤੁਹਾਡਾ ਤੁਸੀਂ ਸਾਨੂੰ ਕਰੋਨਾ ਬਾਰੇ ਅਹਿਮ ਜਿਹੜੇ ਹੈਗੇ ਆ ਜਾਣਕਾਰੀ ਦਿੱਤੀ
ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਇਹ ਕਰੋਨਾ ਜਿਹੜੇ ਤੁਸੀਂ ਸੁਝਾਅ ਦੱਸੇ ਆ ਉਹਨਾਂ ਨੂੰ ਅਸੀਂ ਫੋਲੋ ਕਰੀਏ ਤੇ ਇਹ ਹੈਲਪ ਕਰੇ ਕਰੋਨਾ ਨੂੰ ਪ੍ਰੀਵੈਂਟ ਕਰਨ ਲਈ ਸਾਨੂੰ ਥੈਂਕ ਯੂ।